ਚੋਰਾਂ ਨੇ ਇੱਕੋ ਸਮੇਂ 4 ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਚੋਰਾਂ ਨੇ ਦੁਕਾਨਾਂ ਦੇ ਸ਼ਟਰ ਤੋੜੇ ਅਤੇ ਕੰਧਾਂ ਤੋੜੀਆਂ ਅਤੇ ਦੁਕਾਨਾਂ ਦੇ ਅੰਦਰ ਗੱਲੇ 'ਚ ਪਈ ਨਗਦੀ ਲੈ ਕੇ ਫਰਾਰ ਹੋ ਗਏ। ਚੋਰੀ ਦੀ ਇਹ ਘਟਨਾ ਮਾਛੀਵਾੜਾ ਸਾਹਿਬ ਦੇ ਕੁਹਾੜਾ ਰੋਡ ਤੋਂ ਸਾਹਮਣੇ ਆਈ ਹੈ। ਹੇਅਰ ਡਰੈਸਰ ਦੀ ਦੁਕਾਨ ਦੇ ਮਾਲਕ ਕੁਲਦੀਪ ਰਾਮ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਸਵੇਰੇ ਆ ਕੇ ਵੇਖਿਆ ਤਾਂ ਉਹਨਾਂ ਦੀ ਦੁਕਾਨਾਂ ਤੋਂ ਇਲਾਵਾ 3 ਹੋਰ ਦੁਕਾਨਾਂ ਦੇ ਸ਼ਟਰ ਟੁੱਟੇ ਪਏ ਸਨ ਅਤੇ ਉਹਨਾਂ ਦੀ ਦੁਕਾਨ ਦੇ ਪਿੱਛੇ ਚੋਰਾਂ ਨੇ ਕੰਧ ਨੂੰ ਪਾੜ ਵੀ ਲਗਾ ਰੱਖਿਆ ਸੀ। ਇਹਨਾਂ 4 ਦੁਕਾਨਾਂ 'ਚੋਂ ਚੋਰਾਂ ਨੇ ਕੋਈ ਸਮਾਨ ਤਾਂ ਚੋਰੀ ਨਹੀਂ ਕੀਤਾ, ਪਰ ਇਹਨਾਂ ਦੁਕਾਨਾਂ ਦੇ ਅੰਦਰ ਗੱਲਿਆਂ 'ਚ ਪਿਆ ਕਰੀਬ 20 ਤੋਂ 25 ਹਜ਼ਾਰ ਰੁਪਿਆ ਚੋਰੀ ਕਰਕੇ ਲੈ ਗਏ। ਦੁਕਾਨ ਮਾਲਕਾਂ ਨੇ ਇਸ ਸਾਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ ਤੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਹੁਣ ਜਾਂਚ ਕੀਤੀ ਜਾ ਰਹੀ ਹੈ। ਇਹ ਵੀਰ ਜੀ, ਮੈਂ ਸਵੇਰੇ ਗਰਾਊਂਡ ਦੇ ਵਿੱਚ ਸੀਗਾ, ਮੈਨੂੰ ਅਚਾਨਕ ਮੇਰੇ ਮਿੱਤਰ ਆਇਆ ਮੇਰੇ ਕੋਲ, ਉਹਨੇ ਦੱਸਿਆ ਵੀ ਤੁਹਾਡੀ ਦੁਕਾਨ ਦੇ ਸ਼ਟਰ ਪੱਟੇ ਹੋਏ ਨੇ, ਤੇ ਜਦੋਂ ਅਸੀਂ ਆ ਕੇ ਦੇਖਿਆ ਤਾਂ 3 ਦੁਕਾਨਾਂ ਦੇ ਸ਼ਟਰ ਪੱਟੇ ਹੋਏ ਸੀਗੇ ਤੇ ਇੱਕ ਦੁਕਾਨ ਦੇ ਪਿੱਛੋਂ ਮੋਗਾ ਕੱਢ ਕੇ ਸਮਾਨ ਕੱਢਿਆ ਹੋਇਆ ਸੀਗਾ। ਨੁਕਸਾਨ ਬਾਈ ਜੀ, ਡੱਲੇ ਦੇ ਵਿੱਚ ਰੱਖੇ ਹੋਏ ਸੀਗੇ ਪੈਸੇ ਜੀ, ਅਸੀਂ ਤਾਂ ਬਿੱਲ ਬੁੱਲ ਭਰਾਉਣ ਦੇ ਲਈ ਰੱਖੇ ਹੋਏ ਸੀਗੇ, ਯਾਨੀ ਕਿ 6,000 ਮੇਰੇ ਗੱਲੇ ਦੇ ਵਿੱਚ ਸੀਗਾ ਤੇ ਇਹਨਾਂ ਵੀਰ ਹੋਣਾ ਦੇ ਗੱਲੇ ਦੇ ਵਿੱਚੋਂ ਵੀ ਗੱਲੇ ਹੀ ਫੁੱਲ ਕੇ ਲੈ ਗਏ ਹੋਏ ਸਾਰਾ ਸਮਾਨ। ਹਾਂਜੀ, ਗੱਲੇ ਹੀ ਫੁੱਲ ਹੋਏ ਸੀਗੇ, ਹੋਰ ਸਮਾਨ ਨਹੀਂ ਜੀ ਕੋਈ ਚੱਕ ਹੋਇਆ ਜੀ। ਤਕਰੀਬਨ ਮੇਰੇ 10 ਵਜੇ ਤਾਂ ਮੈਂ ਉਦੋਂ ਕੰਮ ਕਰਕੇ ਗਿਆ ਜੀ ਕਸਟਮਰ ਦਾ, ਤੇ ਉਸ ਤੋਂ ਬਾਅਦ ਦੀ ਗੱਲ ਆ ਜੀ, ਤੇ 12 ਵਜੇ ਦੀ ਗੇਟ ਦੀ ਗੱਲ ਲੱਗਦੀ ਜੀ। ਕੈਮਰੇ ਅਸੀਂ ਚੈੱਕ ਕੀਤੇ ਸੀਗੇ ਜਿਮ ਵਾਲੇ ਫੋਕੋ ਜਿਮ ਦੇ ਵੀ ਅੱਖਰਾਂ ਨੇ ਚੈੱਕ ਕਰਕੇ ਆਉਂਦੇ ਜੀ, ਯਾਨੀ ਕਿ 3-4 ਚੀਜ਼ਾਂ ਲੰਘੀਆਂ 12 ਵਜੇ ਦੇ ਗੇਟ ਮੋਟਰਸਾਈਕਲ ਲੰਘੇ ਹੋਏ ਨੇ ਜੀ, ਉਸ 'ਤੇ ਹੀ ਸ਼ੱਕ ਦੇ ਆਧਾਰ 'ਤੇ ਆ ਰਿਹਾ ਜੀ। ਹਾਂਜੀ, ਪੁਲਿਸ ਕੰਪਲੇਂਟ ਕੀਤੀ ਜੀ, ਉਰੇ ਫੋਨ ਵੀ ਕਰਦੇ 112 'ਤੇ ਜੀ, ਅਤੇ ਅਸੀਂ ਉਹ ਕੰਪਲੇਂਟ ਵੀ ਕੀਤੀ। ਉਹ ਕਹਿੰਦੇ ਤੁਸੀਂ ਕੰਪਲੇਂਟ ਦਰਜ ਕਰਾ ਦਿਓ, ਫੋਟੋਆਂ ਵਗੈਰਾ ਚੈੱਕ ਕਰਵਾ ਦੀਆਂ ਅਤੇ ਕਾਰਵਾਈ ਕਰਾਂਗੇ। ਦੇਖ ਮੰਗ ਤਾਂ ਵੀਰ ਜੀ ਇਹੀ ਆ, ਅਸੀਂ ਤਾਂ ਗਰੀਬ ਬੰਦੇ ਜੀ, ਵੀ ਸਾਡਾ ਨੁਕਸਾਨ ਜਿਹੜਾ ਹੋਇਆ ਵਾ ਉਹ ਸਾਨੂੰ ਮੁਆਵਜ਼ਾ ਦਿੱਤਾ ਜਾਵੇ। ਮਾਮਲਾ ਇਦਾਂ ਹੀ, ਸਾਨੂੰ ਕਿਸੇ ਮਿੱਤਰ ਬੇਲੀ ਦਾ ਫੋਨ ਆਇਆ ਜੀ, ਉਹ ਇੰਡਸਟਰੀ ਜਾ ਰਹੇ ਸੀਗੇ, ਉਹਨਾਂ ਨੇ ਫੋਨ ਕੀਤਾ ਕਿ ਤੁਹਾਡੇ ਸ਼ਟਰ ਪੱਟੇ ਹੋਏ ਨੇ ਸ਼ੌਪ ਦੇ, ਤੋਂ ਅਸੀਂ ਜਦੋਂ ਸ਼ੌਪ ਤੇ ਆਏ ਆ ਜੀ, ਅਸੀਂ ਦੇਖਿਆ ਵੀ ਸਾਡਾ ਤਾਂ ਸ਼ਟਰ ਪੱਟੇ ਹੀ ਪੱਟਿਆ, ਸਾਡੇ ਨਾਲ ਦੀਆਂ ਦੁਕਾਨਾਂ ਦੇ ਵੀ ਸ਼ਟਰ ਪੱਟੇ ਹੋਏ ਆ, ਸਾਡੀਆਂ 3 ਦੁਕਾਨਾਂ ਦਾ ਨੁਕਸਾਨ ਹੋਇਆ, 4th ਦੁਕਾਨ ਤੇ ਵੀ ਟਰਾਈ ਕਰ ਰਹੇ ਸੀਗੇ ਉਹ, ਚਲੋ 4th ਦਾ ਉਹਨਾਂ ਦੇ ਕੋਈ ਹੱਥ ਪੱਲੇ ਨਹੀਂ ਲੱਗਿਆ, ਤਾਂ ਜਾਂ ਉਹਨਾਂ ਨੂੰ ਕੋਈ ਬਿੜਕਾ ਗਈ, ਉਹ ਬੰਦੇ ਭੱਜ ਗਏ ਜੀ। ਲੋਕ ਵਗੈਰਾ ਤੋੜੇ ਹੋਏ ਨੇ ਜਾਂ ਇਹ ਸ਼ਟਰ ਪੱਟੇ ਹੋਏ ਆ ਜੀ, ਲੋਕ ਨੂੰ ਟਰਾਈ ਨਹੀਂ ਕੀਤਾ ਉਹਨਾਂ ਨੇ, ਯਾਨੀ ਕਿ ਉਹਨਾਂ ਕੋਲ ਟੂਲ ਵਗੈਰਾ ਸਾਰਾ ਕੁਝ ਸੀਗਾ ਜਿਹਦੇ ਨਾਲ ਉਹਨਾਂ ਦਾ ਕੁਝ ਕਰ ਸਕਣ, ਉਹ ਯਾਨੀ ਕਿ ਐਕਸਪਰਟ ਬੰਦਿਆਂ ਦਾ ਕੰਮ ਲੱਗਦਾ ਜੀ। ਕਿੰਨਾ ਕੁ ਨੁਕਸਾਨ ਹੋ ਗਿਆ? ਨੁਕਸਾਨ ਸਰ ਜਿਹੜੀ ਸੇਵਿੰਗ ਪਈ ਹੁੰਦੀ ਆ ਬੰਦੇ ਕੋਲੇ, ਮਤਲਬ ਕੈਸ਼ ਹੀ ਲੈ ਕੇ ਗਏ ਨੇ ਉਹ, ਕੈਸ਼ ਤੋਂ ਇਲਾਵਾ ਕੁਝ ਨਹੀਂ ਨੁਕਸਾਨ ਕੀਤਾ ਉਹਨਾਂ ਨੇ, ਯਾਨੀ ਕਿ 15-20 ਹਜ਼ਾਰ ਦਾ ਟੋਟਲ ਲਾਸ ਹੋ ਗਿਆ ਜੀ। ਹਾਂਜੀ, ਕੰਪਲੇਂਟ ਕਰਤੀ ਜੀ। ਮੰਗ ਇਹੀ ਕਰਦੇ ਆ ਜੀ, ਚੋਰਾਂ ਨੂੰ ਨੱਥ ਪਾਈ ਜਾਵੇ ਤੇ ਵੀ ਸਾਨੂੰ ਇਨਸਾਫ ਜਾਂ ਦਵਾਇਆ ਜਾਵੇ ਜੀ। ਕੀ ਲੱਗਦਾ, ਕਿਸੇ ਤੇ ਸ਼ੱਕ ਤਾਂ ਨਹੀਂ ਲੱਗਦਾ ਵੀ ਕੋਈ ਅਜਿਹੀ ਸ਼ੱਕ? ਇਦਾਂ ਵੀ ਸ਼ਹਿਰ 'ਚ ਵੀ ਬਹੁਤ ਚੋਰੀਆਂ ਹੋ ਰਹੀਆਂ ਨੇ, ਪਰ ਸਾਨੂੰ ਤਕਰੀਬਨ ਉਹੀ ਬੰਦਿਆਂ ਦੇ ਕੰਮ ਲੱਗਦੇ ਆ ਜਿਹੜੇ ਸ਼ਹਿਰ 'ਚ ਕਰ ਰਹੇ ਨੇ, ਉਹਨਾਂ ਨੇ ਇੱਥੇ ਕੀਤਾ ਹੋ ਸਕਦਾ ਆ। ਕੋਈ ਚੌਂਕੀਦਾਰ ਆ ਇੱਥੇ, ਪਹਿਰੇਦਾਰ ਹੈਗਾ ਕੋਈ? ਪਹਿਰੇਦਾਰ ਕੋਈ ਚੌਂਕੀਦਾਰ ਹੈ ਨਹੀਂ, ਅਸੀਂ ਥੋੜਾ ਕੁ ਸ਼ਹਿਰ ਤੋਂ ਬਾਹਰ ਨਿਕਲ ਜਾਂਦੇ ਆ ਜੀ, ਸੈਕਟਰ ਰੋਡ ਸਕੂਲ ਦੇ ਪੁਆਇੰਟ ਤੋਂ ਥੋੜਾ ਕੁ ਅੱਗੇ ਆ ਜੀ।